ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਤੁਹਾਡਾ ਆਪਣਾ ਚੈਨਲ ਇਦਾ ਪੰਜਾਬੀ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਇਟਲੀ ਦੇ ਪੇਪਰਾਂ ਬਾਰੇ ਇੱਕ ਅਪਡੇਟ ਆ ਜੋ ਤੁਸੀਂ ਸਾਨੂੰ ਬਹੁਤ ਵਾਰ ਕਮੈਂਟਾਂ ਦੇ ਵਿੱਚ ਪੁੱਛਿਆ ਕਿ ਇਟਲੀ ਦੇ ਵਿੱਚ ਪਰੇ ਹੋਏ ਪੇਪਰ ਆਖਿਰਕਾਰ ਕਦੋਂ ਨਿਕਲ ਸਕਦੇ ਆ ਜਿਹੜੇ ਬੰਦੇ ਨੇ ਡੋਮੈਸਟਿਕ ਵੇਚ ਤੇ ਭਰਾਏ ਆ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਪੇਪਰ ਭਰਾਏ ਨੇ ਆਖਿਰ ਕਦੋਂ ਨਿਕਣ ਦੇ ਨੇ ਜੀ ਵਾੜ ਇਸ ਅਪਡੇਟ ਤੋਂ ਪਹਿਲਾਂ ਤੁਹਾਨੂੰ ਅੱਜ ਦੀਆਂ ਆਪਾਂ ਜ਼ਰੂਰੀ ਖਬਰਾਂ ਜਿਹੜੀਆਂ ਚੱਲ ਰਹੀਆਂ ਜੀ ਉਹਨਾਂ ਦੇ ਉੱਤੇ ਇੱਕ ਨਜ਼ਰ ਮਾਰ ਦਿਆਂ ਜੀ ਇਟਲੀ ਦੇ ਵਿੱਚ ਕੀ ਹੋ ਰਿਹਾ ਹੈ ਜੀ ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਜੋ ਅਪਡੇਟ ਆ ਰਿਹਾ ਜੀ ਆਲ ਤੋਂ ਆ ਦੀ ਜੀ ਹੈ ਇਹਨੂੰ ਵੀ ਰੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ ਕਿਉਂਕਿ ਲਾਸਟਲੇ 24 ਘੰਟਿਆਂ ਦੇ ਵਿੱਚ ਇਹਦੇ ਵਿੱਚ 781 ਨਵੇਂ ਕੇਸ ਆਏ ਸੀ 2998 ਅਨ ਤਕਰੀਬਨ 3000 ਜਿਹੜੇ ਟੈਸਟਾਂ ਦੇ ਪਿੱਛੇ 781 ਕੇਸ ਆਏ ਸੀ ਤੇ ਚਾਰ ਮਰੀਜ਼ਾਂ ਦੀ ਮੌਤ ਹੋਈ ਜਿਸ ਕਰਕੇ ਇਹਨੂੰ ਵੀ ਹੁਣ ਜੋਨਾ ਰੋਸਾਟ ਡਿਕਲੇਅਰ ਕਰ ਦਿੱਤਾ ਗਿਆ ਜੀ ਆਲ ਤੋਂ ਆਦੀ ਜੇ ਨੂੰ 나ਪਲੀ ਦੇ ਜਿਹੜੀ ਸਿਚੁਏਸ਼ਨ ਹੈ ਜੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਹਸਪੀਟਲਾਂ ਦੇ ਮੋਰੇ ਪਰੰਤੋ ਸਕੋਰਸ ਜਿਹੜੀ ਉਹਨਾਂ ਦੇ ਮੋਰੇ ਜੀ ਪਰੰਤੋ ਸਕੋਰਸਾਂ ਦੇ ਮੋਰੇ ਐਂਬੂਲੈਂਸਾਂ ਖੜੀਆਂ ਨੇ ਤੇ ਮਰੀਜ਼ ਉਡੀਕ ਰਹੇ ਨੇ ਕਦ ਉਹਨਾਂ ਦੀ 바ਰੀ ਆਂਦੀ ਹੈ ਜੀ ਪਰ 바ਰੀਆਂ ਨਹੀਂ ਆ ਰਹੀਆਂ ਬਹੁਤ ਲੰਬੀਆਂ ਲੈਣਾ ਲੱਗ ਗਈਆਂ ਉੱਥੇ 나ਪਲੀ ਦੇ ਜੋ ਸਰਪੰਚ ਨੇ ਜਿਹਦਾ ਨਾਂ ਦੇ ਮੈਜਿਸਟਰੀ ਸਾ ਉਹ ਕਹਿ ਰਹੇ ਨੇ ਜੀ ਕਿ ਨਾਪਲੀ ਨੂੰ ਹੁਣ ਜੇ ਕੋਈ ਬਚਾ ਸਕਦਾ ਤੇ ਸਿਰਫ ਅਤੇ ਸਿਰਫ ਲਾਕਡਾਊਨ ਹੀ ਬਚਾ ਸਕਦਾ ਜੇ ਨਾਪਲੀ ਦੇ ਵਿੱਚ ਲਾਕਡਾਊਨ ਨਾ ਲੱਗਾ ਤੇ ਇਹਦਾ ਜਿਹੜਾ ਬੇੜਾ ਡੁੱਬ ਸਕਦਾ ਜੀ ਇਹ ਬਿਆਨ ਆਏ ਨੇ ਜੀ ਆਪਣੇ ਦੇ ਮੈਜਿਸਟਰੀ ਜੋ ਕਿ ਉੱਥੇ ਦੇ ਸਰਪੰਚ ਨੇ ਉਹ ਮੰਗ ਕਰ ਰਹੇ ਨੇ ਕਿ ਘੱਟ ਤੋਂ ਘੱਟ ਨਾਪਲੀ ਨੂੰ ਜ਼ੋਨਾ ਰੋਸਾ ਡਿਕਲੈਅਰ ਕੀਤਾ ਜਾਵੇ ਜੀ ਉਸ ਤੋਂ ਬਾਅਦ ਪੀਮੋਂਤੇ ਦੇ ਵਿੱਚੋਂ Uh, UNO ਵਾਲੀ ਜਿਹੜੀਆਂ ਆਰਗੇਨਾਈਜੇਸ਼ਨ ਨਾਨ ਗਵਰਨਰਨਟਿਵ ਉਹਨਾਂ NGO ਨੂੰ ਇੱਕ ਫਰਿਆਦ ਕੀਤੀ ਗਈ ਹੈ ਜੀ ਕਿ ਜਿਹੜੇ ਤੁਹਾਡੇ ਬਾਹਰਲੇ ਦੇਸ਼ਾਂ ਦੇ ਬਾਹਰਲੇ ਮੁਲਕਾਂ ਦੇ ਡਾਕਟਰ ਨੇ ਬਾਹਰਲੇ ਮੁਲਕਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਭੇਜੋ ਪੀਮੁੰਤੇ ਦੇ ਵਿੱਚ ਕਿਉਂਕਿ ਇੱਥੇ ਹਸਪਤਾਲਾਂ ਦੇ ਵਿੱਚ ਬਸੀਟਾਂ ਮੁੱਕ ਰਹੀਆਂ ਨੇ ਹਸਪਤਾਲਾਂ ਦੇ ਵਿੱਚ ਬੈੱਡ ਮੁੱਕ ਰਹੇ ਨੇ ਹਸਪਤਾਲਾਂ ਦੇ ਵਿੱਚ ਪਰਸੋਨਲ ਸੈਨੀਟਰੀਓ ਜਿਹੜੇ ਆ ਨਰਸਾਂ ਵਗੈਰਾ ਡਾਕਟਰ ਘਟ ਰਹੇ ਨੇ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਉਹਨ NGO ਜਦੋਂ ਇਟਲੀ ਦੇ ਵਿੱਚ ਸਮੁੰਦਰੀ ਰਾਸਤੇ ਦੇ ਵਿੱਚ ਕੋਈ ਬੇੜੀਆਂ ਆਦੀ ਆ ਤਾਂ ਉਹ ਲੈ ਕੇ ਆਉਂਦੇ ਜੀ ਵੀ ਇਹਨਾਂ ਦਾ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਇਟਲੀ ਦੇ ਵਿੱਚ ਇਹਨਾਂ ਨੂੰ ਲਾਣਾ ਉਹ ਕਹਿ ਰਹੇ ਨੇ ਜੀ ਤੁਸੀਂ ਗਰੰਟੀ ਦਾ ਇੰਨਾ ਕਰਦੇ ਹੋ ਜੀ ਸਮੁੰਦਰ ਰਾਸਤੇ ਆ ਰਹੇ ਉਹਨਾਂ ਦੇ ਇੰਨਾ ਕਰਦੇ ਤਾਂ ਸਾਡੇ ਇਟਲੀ 'ਚ ਰਹਿਣ ਵਾਲਿਆਂ ਲਈ ਵੀ ਖੁਸ਼ ਨਾ ਖੁਸ਼ ਜ਼ਰੂਰ ਕਰੋ ਲਾਸੀਓ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਫੋਟੋ ਵਾਲ ਦੇ ਪਲੇਅਰਾਂ ਦਾ ਜਿਹੜਾ ਕੱਲ ਰਾਤ ਟੈਸਟ ਕੀਤੇ ਗਏ ਸੀ ਸਾਰੇ ਦੇ ਸਾਰੇ ਉਹ 네ਗਟਿਵ ਆਏ ਆ ਜੀ ਉਸ ਤੋਂ ਬਾਅਦ ਇੱਕ ਗੁੱਡ ਨਿਊਜ਼ ਵੀ ਆਪਾਂ ਰੱਖ ਸਕਦੇ ਹਾਂ ਜੀ ਇੱਕ ਵਧੀਆ ਨਿਊਜ਼ ਰੱਖ ਸਕਦੇ ਹਾਂ ਜੀ ਕਜ਼ਰਤਾਨੋਂ ਦੇ ਵਿੱਚ ਅ ਮਰਚਾਨੀਜ਼ ਐ ਤੇ ਔਰਤਾ ਦੀ ਅਟੈਲਾ ਜੋ ਕਿ ਜ਼ੋਨਰ ਰੋਸਾ ਡਿਕਲੇਅਰ ਕੀਤਾ ਗਿਆ ਸੀ 2 ਹਫ਼ਤੇ ਤੱਕ ਪਰ ਹੁਣ ਉਹ ਜਿਹੜੇ ਉਹਨਾਂ ਦਾ ਜਿਹੜਾ ਰੈੱਡ ਜ਼ੋਨ ਖਤਮ ਹੋ ਗਿਆ ਜੀ ਇਹ ਉਹਨਾਂ ਦੀ ਜਿਹੜੀ ਆ ਕਮੂਨੇ ਦੀ ਜਿਹੜਾ ਮਰਚਾਨੀਜ਼ ਐ ਉਹਨੇ ਆਪਣੇ ਫੇਸਬੁੱਕ ਦੇ ਪੇਜ ਦੇ ਉੱਤੇ ਲਿਖ ਕੇ ਸਾਰਿਆਂ ਨੂੰ ਦੱਸਿਆ ਜੀ ਕਿ ਹੁਣ ਆਖਰਕਾਰ 2 ਦਿਨਾਂ ਦੇ ਬਾਅਦ ਇਹ ਕੰਮ ਜਿਹੜਾ ਦੋ ਹਫ਼ਤਿਆਂ ਦੇ ਬਾਅਦ ਇਹ ਮਸੀਹ ਨੂੰ ਉਹਨਾਂ ਨੂੰ ਜ਼ੋਨਾ ਰੋਸਾ ਤੋਂ ਬਾਹਰ ਕੱਢਿਆ ਗਿਆ ਜੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਰਿਕਾਰਡ ਇੱਕ ਵਾਰ ਫਿਰ ਬਣਿਆ ਜੀ ਅਮਰੀਕਾ ਦੇ ਵਿੱਚ 126000 ਤਕਰੀਬਨ 126742 ਨਵੇਂ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਆਇਆ ਜੀ ਇਹ ਇਹ ਜਿਹੜੀ ਗਿਣਤੀ ਹੈ ਹਮੇਸ਼ਾ ਹੀ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਹੀ ਦਿੱਤੀ ਗਈ ਹੈ ਜੀ ਤੇ ਪੂਰੀ ਦੁਨੀਆ ਦੇ ਵਿੱਚ ਸਵੇਰੇ 8 ਵਜੇ ਦਾ ਇੱਕ ਅਪਡੇਟ ਸੀਗਾ ਕਿ ਇੱਕ ਇੱਕ ਦਿਨ ਦੇ ਵਿੱਚ ਸਵੇਰੇ 8 ਵਜੇ ਜਿਹੜਾ ਦੱਸਿਆ ਗਿਆ ਕਿ 581000 ਪੂਰੀ ਦੁਨੀਆ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜੇ ਕੇਸ ਸਾਹਮਣੇ ਆਏ ਸੀ ਉਸ ਤੋਂ ਬਾਅਦ ਇਟਲੀ ਦੇ ਵਿੱਚ ਬਹੁਤ ਸਾਰੇ ਲੋਕੀ ਹੁਣ YouTube ਹੋ ਗਿਆ ਜਾਂ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਪਾ ਰਹੇ ਨੇ ਕਿ ਉਹਨਾਂ ਨੂੰ ਪ੍ਰੋਬਲਮ ਹੈ ਇੱਕ ਕੁੜੀ ਦੀ ਵੀਰ ਇੱਕ 26 ਸਾਲ ਦੀ ਕੁੜੀ ਹੈ ਜਿਹਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਕਹਿ ਰਹੀ ਹੈ ਕਿ ਉਹਨੂੰ ਕੈਂਸਰ ਆ ਪਰ ਕੋਵਿਡ ਦੇ ਕਾਰਨ ਉਹਨੂੰ ਉਦਾਂ ਇਲਾਜ ਨਹੀਂ ਹੋ ਪਾ ਰਿਆ ਉਹਨੂੰ ਜਿਹੜੀ ਆ ਨਹੀਂ ਮਿਲ ਰਹੀ ਹਸਪੀਟਲਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਇਹਦੇ ਨਾਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਚੱਲ ਰਹੀਆਂ ਨੇ ਜੀ ਇਟਲੀ ਦੇ ਵਿੱਚ ਪੀਨੋ ਦੇ ਵਿੱਚ ਇੱਕ ਹੋਇਆ ਬਹੁਤ ਹੀ ਖਤਰਨਾਕ ਖਾਲਸਾ ਹਾਦਸਾ ਕਿਉਂ ਅਸੀਂ ਕਹਿ ਰਹੇ ਹਾਂ ਜੀ ਹਾਦਸਾ ਇਸ ਕਰਕੇ ਕਹਿ ਰਹੇ ਹਾਂ ਜੀ ਹਸਪੀਟਲ ਦੇ ਵਿੱਚ ਇੱਕ ਪਹੁੰਚਿਆ ਇੱਕ ਪੋਜ਼ਿਟਿਵ ਮਰੀਜ਼ ਪਹੁੰਚਿਆ ਹਸਪੀਟਲ ਦੇ ਵਿੱਚ ਪਰ ਹਸਪੀਟਲ ਵਾਲਿਆਂ ਨੇ ਉਹਨੂੰ ਐਡਮਿਟ ਨਹੀਂ ਕੀਤਾ ਉਹਨੂੰ ਘਰ ਭੇਜ ਦਿੱਤਾ ਗਿਆ ਜੀ ਤੇ ਜਦੋਂ ਬੰਦਾ ਕਰ ਜਾਂਦਾ 2 ਦਿਨਾਂ ਬਾਅਦ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਹਸਪੀਟਲ ਦੇ ਉੱਤੇ ਕੇਸ ਚੱਲੂਗਾ ਕਿ ਉਹਨਾਂ ਨੇ ਇਨਕੁਆਰੀ ਬੈਠਣੀ ਹੈ ਜੀ ਕਿ ਆਖਿਰ ਕਿਉਂ ਨਹੀਂ ਉਹਨਾਂ ਨੇ ਉਸ ਮੁੰਡੇ ਨੂੰ ਉਸ ਬੰਦੇ ਨੂੰ ਐਡਮਿਟ ਕੀਤਾ ਜੀ ਤੇ ਇੰਗਲੈਂਡ ਦੀ ਜਿਹੜੀ ਮਹਾਰਾਣੀ ਹੈ ਜੀ ਰੇਜਿਨਾ ਐਲਿਜ਼ਾਬੈਥਾ ਜਿਹੜੇ ਉਹ ਪਹਿਲੀ ਵਾਰ ਪਬਲਿਕ ਦੇ ਵਿੱਚ ਮਾਸਕ ਲਾ ਕੇ ਘੁੰਮਦੇ ਹੋਏ ਦੇਖੇ ਗਏ ਨੇ ਜੀ ਜੋਸੇਪੇ ਜ਼ੁਕਾਤ ਐਲੀਆ ਜੀ ਬਣਾਇਆ ਗਿਆ ਨਵਾਂ ਕਲابਰੀਆ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਜਿਹਨੂੰ ਅਸੀਂ ਕਹਿੰਦੇ ਕومیਸਰ ਕومیਸਰੀ ਬਣਾਇਆ ਗਿਆ ਜੀ 메ਨ ਰਿਸਪੌਂਸਿਬਲ ਬਣਾਇਆ ਗਿਆ ਪਰ ਉਹਨਾਂ ਦੇ ਉਹਨਾਂ ਦੇ ਜਿਹਨਾਂ ਨੇ ਬਿਆਨ ਪਹਿਲੇ ਦਿੱਤੇ ਹੋਏ ਬਿਆਨ ਹੀ ਉਹਨਾਂ ਦੇ ਖਿਲਾਫ ਹੋ ਗਏ ਨੇ ਕਿਸ ਸਾਥ ਦੇ ਨਾਲ ਹੋਏ ਨੇ ਜੀ ਉਹਨਾਂ ਨੇ ਇਹ ਜੋ ਲਾਕਡਾਊਨ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਉਹਨੇ ਕਿਹਾ ਸੀ ਕਿ ਇਹ ਜੋ ਮਾਸਕ ਨੇ ਕਿਸੇ ਕੰਮ ਦੇ ਨਹੀਂ ਆਣਗੇ ਲਾਏ ਨਾ ਲਾਏ ਇੱਕ ਬਰਾਬਰ ਨੇ ਪਰ ਹੁਣ ਉਹ ਕਹਿ ਰਹੇ ਨੇ ਜੀ ਕਿ ਮੇਰੇ ਦਿੱਤੇ ਹੋਏ ਬਿਆਨ ਜਿਸ ਟਾਈਮ ਇਹ ਬਿਮਾਰੀ ਫੈਲੀ ਵੀ ਨਹੀਂ ਸੀ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਮੇਰੇ ਖਿਲਾਫ ਵਰਤਿਆ ਜਾ ਰਿਹਾ ਹੈ ਜੀ। ਮੈਰਗਮੂ ਦੇ ਵਿੱਚ ਪਿਆ ਜੀ ਮਹਿੰਗਾ ਅਖਬਾਰ ਪੜ੍ਹਨਾ ਇੱਕ ਬਜ਼ੁਰਗ ਨੂੰ ਇੱਕ ਬਜ਼ੁਰਗ ਬਾਜ਼ ਸੈਰ ਕਰਨ ਗਿਆ ਸੀ ਤੇ ਉਹਨੇ ਉੱਥੋਂ ਕੀ ਕੀਤਾ ਸੈਰ ਕਰਦੇ ਕਰਦੇ ਨੇ ਰਾਸਤੇ ਦੇ ਵਿੱਚੋਂ ਇੱਕ ਅਖਬਾਰ ਖਰੀਦੀ ਜੀ ਇਹ ਦੀਕੋਲਾ ਦੇ ਵਿੱਚੋਂ ਅਖਬਾਰ ਖਰੀਦੀ ਤੇ ਅਖਬਾਰ ਨੂੰ ਪੜ੍ਹਨ ਦੇ ਲਈ ਰਾਸਤੇ ਦੇ ਵਿੱਚ ਇੱਕ ਬੈਂਚ ਲੱਗਾ ਹੀ ਉੱਤੇ ਬੈਠ ਗਿਆ। ਜਦੋਂ ਇਹ ਪੁਲਿਸ ਵਾਲੇ ਆਏ ਤੇ ਪੁਲਿਸ ਵਾਲਿਆਂ ਨੇ ਉਹਨੂੰ ਚੈੱਕ ਕੀਤਾ ਉਹਦਾ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜੀ ਉਹਨੂੰ 400 ਯਰੋ ਦਾ ਜੁਰਮਾਨਾ ਦੇ ਦਿੱਤਾ ਤੇ ਉਸ ਬਜ਼ੁਰਗ ਨੇ ਪੁੱਛਿਆ ਕਿ ਆਖਰ ਮੈਨੂੰ 400 ਯਰੋ ਦਾ ਜੁਰਮਾਨਾ ਕਿਉਂ ਕੀਤਾ ਗਿਆ ਮੈਂ ਤਾਂ ਫਾਰਮੇਸੀ ਜਾਣਾ ਸੀ ਫਾਰਮੇਸੀ ਤੋਂ ਵੀਜ਼ਾ ਕਰਾਣਾ ਸੀ ਉਸ ਤੋਂ ਬਾਅਦ ਮੈਂ ਅਖਬਾਰ ਲਈਆ ਅਖਬਾਰ ਨੂੰ ਪੜਿਆ ਤੇ ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਅਖਬਾਰ ਬਾਹਰ ਇੱਥੇ ਬੈਠ ਕੇ ਨਹੀਂ ਪੜ ਸਕਦੇ ਤੁਹਾਡੇ ਕੋਲ ਆਪਣੀ ਠੋਸ ਵਜ੍ਹਾ ਹੋਣੀ ਚਾਹੀਦੀ ਹੈ ਕਰੋ ਬਾਹਰ ਨਿਕਲ ਦੀ ਇਸ ਕਰਕੇ ਉਹਨੂੰ ਜੁਰਮਾਨਾ ਕਰ ਦਿੱਤਾ ਗਿਆ ਜੀ 400 ਯਰੋ ਦਾ ਅਤੇ ਰੂਸિયા ਦੇ ਵਿੱਚ ਵੀ ਲਾਸਟਲੇ 24 ਘੰਟਿਆਂ ਦੇ ਵਿੱਚ 20000 ਤਕਰੀਬਨ 20498 ਨਵੇਂ ਕੇਸ ਅਤੇ 286ਾਂ ਦੀ ਮੌਤ ਹੋ ਚੁੱਕੀ ਹੈ ਜੀ। ਹੁਣ ਜਾਲਦੇ ਜੀ ਆਪਣੀਆਂ ਮੇਨ ਖਬਰਾਂ ਦੇ ਵੱਲ ਜਿਹਦੇ ਵਿੱਚ ਸਭ ਤੋਂ ਪਹਿਲੀ ਖਬਰ ਅਸੀਂ ਤੁਹਾਨੂੰ ਦੱਸੀ ਹੈ ਜੀ ਕਿ ਰੋਮਾ ਦੇ ਹਸਪਤਾਲ ਤੋਂ ਆ ਰਹੀ ਹੈ ਜੀ ਇੱਕ ਬਹੁਤ ਵੱਡੀ ਖੁਸ਼ਖਬਰੀ ਆਖਰ ਉਹ ਕਿਹੜੀ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਜੀ ਕਿ ਰੋਮਾ ਦਾ ਜਿਹੜਾ ਸਪਲੰਸਾਨੀ ਹਸਪਤਾਲਾ ਜੋ ਕਿ ਸਭ ਤੋਂ ਮਸ਼ਹੂਰ ਅਸੀਂ ਹਸਪਤਾਲ ਰਾ ਉਹਨੂੰ ਕਹਿ ਸਕਦੇ ਆ ਉਸ ਹਸਪੀਟਲ ਦੇ ਵਿੱਚ ਇੱਕ ਨਵਾਂ ਟੈਸਟ ਤਿਆਰ ਕੀਤਾ ਜਾ ਰਿਹਾ ਜੀ ਜਿਸ ਟੈਸਟ ਦੇ ਨਾਲ ਪਤਾ ਲੱਗ ਜਾਣਾ ਕਿ ਬੰਦੇ ਨੂੰ ਨਾਰਮਲ ਇਨਫਲੂਐਂza ਆ ਜਾਂ ਫਿਰ ਬੰਦਾ ਕੋਵਿਡ-19 ਦਾ ਸ਼ਿਕਾਰ ਹੋ ਗਿਆ ਜੀ ਇਹ ਜੋ ਟੈਸਟ ਹੈ ਇਹਦਾ ਜਿਹੜਾ ਰੇਟ ਆ ਪ੍ਰਾਈਸ ਫਿਲਹਾਲ ਇਸ ਟਾਈਮ ਦੱਸਿਆ ਜਾ ਰਿਹਾ ਕਿ ਸਿਰਫ 10 ਐਰੋ ਹੀ ਇਹਦਾ ਪ੍ਰਾਈਸ ਰੱਖਿਆ ਜਾਊਗਾ ਜੀ ਇਸ ਤੋਂ ਮਹਿੰਗਾ ਨਹੀਂ ਹੋਣਾ 10 ਐਰੋਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਜੇ ਤੁਸੀਂ ਬਿਮਾਰ ਨਾਲ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਤੁਸੀਂ ਕੋਵਿਡ-19 ਦੇ ਸ਼ਿਕਾਰ ਹੋ ਗਏ ਹੋ ਜਾਫਰ ਤੁਸੀਂ ਨਾਰਮਲ ਜੋ ਇਨਫਲੂਐਂZA ਹਰ ਸਾਲ ਆਂਦਾ ਤੁਸੀਂ ਉਹਦੇ ਸ਼ਿਕਾਰ ਆ ਜੀ ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਜੋ ਕਿ ਬੋਨਸ 500 ਐਰੋ ਟਿਮ ਵਾਲਿਆਂ ਦਾ ਸੁਪਰ ਆਫਰ ਕੀ ਹੈ ਜੀ ਬੋਨਸ 500 ਸਰਕਾਰ ਵੱਲੋਂ ਦਿੱਤੀ ਗਈ ਉਹ ਹੈਲਪ ਜਿਨ੍ਹਾਂ ਦੀ ਈਜ਼ੇ 20000 ਤੋਂ ਘਾਟਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ 500 ਐਰੋ ਤੁਹਾਡੀ ਜੇਬ ਦੇ ਵਿੱਚ ਨਹੀਂ ਆਂਦੇ ਪਰ ਤੁਹਾਨੂੰ ਡਿਸਕਾਊਂਟ ਡਿਸਕਾਊਂਟ ਮਿਲਦਾ ਜੀ ਸਾਡੀ ਟਿਕਟੌਕ ਉੱਤੇ ਵੀ ਇੱਕ ਵੀਡੀਓ ਹੈ ਜੀ ਇதா ਪੰਜਾਬੀ ਟਿਕਟੌਕ ਤੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਤੇ ਉਦੇ ਉੱਤੇ ਸਾਡੀਆਂ ਹਰ ਤਕਰੀਬਨ ਹਰ ਰੋਜ਼ ਨਹੀਂ ਪਰ ਵਿਚ ਵਿਚ ਸਾਡੀਆਂ ਵੀਡੀਓ ਉਹਦੇ ਉੱਤੇ ਵੀ ਅਸੀਂ ਅਪਲੋਡ ਕਰਦੇ ਆ ਜੀ ਇਹ ਜੋ ਬੋਨਸ ਆਇਦਾ ਦੁਬੰਦਾ ਹੁਣ 9 ਤਰੀਕ ਤੋਂ ਇੱਕ ਵਾਰ ਫਿਰ ਸ਼ੁਰੂ ਹੋ ਜਾਣਾ ਜੀ ਲੂਨੇ ਦੀ 9 ਨਵੰਬਰ 9 ਨਵੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋ ਜਾਣਾ 3 ਤਰੀਕ ਤੋਂ ਵੀ ਇਹਦੀ ਸ਼ੁਰੂਆਤ ਕੀਤੀ ਗਈ ਸੀ ਇਦੇ ਲਈ ਤੁਹਾਡੇ ਕੋਲ ਸਪੈਡ ਹੋਣਾ ਚਾਹੀਦਾ 2021 ਦੇ ਵਿੱਚ ਤੁਹਾਡੇ ਪੈਸੇ ਵਾਪਸ ਆਣਗੇ ਹੁਣ ਪੈਸਾ ਤੁਹਾਡ ਨੂੰ ਜੇਬ ਚੋਂ ਖਰਚਣਾ ਪੈਣਾ ਪਰ ਜੇ ਤੁਸੀਂ ਆਪਣੀ ਜੇਬ ਦੇ ਵਿੱਚ ਪੈਸੇ ਨਹੀਂ ਖਰਚਣਾ ਚਾਹੁੰਦੇ ਤਾਂ ਟਿਮ ਵਾਲਿਆਂ ਨੇ ਇੱਕ ਬਹੁਤ ਹੀ ਤਕੜਾ ਪਿਆਨੋ ਵਾਊਚਰ ਕੱਢਿਆ ਜੀ ਫਿਬਰਾ ਵਾਲਿਆਂ ਨੇ ਫਿਬਰਾ ਵਾਲਿਆਂ ਦੇ ਲਈ ਜੇਕਰ ਤੁਸੀਂ ਟਿਮ ਦੀ ਦੁਕਾਨ ਉੱਤੇ ਜਾਓਗੇ ਤੇ ਉਹਨਾਂ ਨੂੰ ਕਹੋਗੇ ਜੀ ਸਾਨੂੰ ਪਿਆਨੋ ਵਾਊਚਰ ਚਾਹੀਦਾ ਬੋਨਸ 500 ਵੀ ਤੁਸੀਂ ਕਹਿ ਸਕਦੇ ਆ ਘੱਟੋ ਘੱਟ 30 ਮੇਗਾ ਬਿਟ ਦੀ ਜਿਹੜੀ 30 ਮੀਗਾ ਦੀ ਜੇ ਤੁਸੀਂ ਸਪੀਡ ਲੈਂਦੇ ਆ ਤੇ ਇੱਕ ਟੈਬਲੇਟ ਜਾਂ ਪੀਸੀ ਲੈਂਦੇ ਆ ਤੁਹਾਨੂੰ ਉਸ ਵੇਲੇ ਹੀ ਤੁਹਾਡੇ ਜਿਹੜੇ ਪੈਸੇ ਆ 500 ਦਾ ਤੁਹਾਨੂੰ ਫਾਇਦਾ ਹੋ ਜਾਣਾ ਕਿਸ ਹਿਸਾਬ ਨਾਲ ਇਸ ਕਾਨੂੰਨ ਦੇ ਹਿਸਾਬ ਨਾਲ 200 € ਤੁਹਾਨੂੰ ਇੰਟਰਨੈਟ ਉੱਤੇ ਡਿਸਕਾਊਂਟ ਮਿਲਦਾ ਟਿਮ ਵਾਲੇ ਕੀ ਕਰਦੇ ਆ 29 € ਜਿਹੜਾ ਮਹੀਨੇ ਦਾ 29 € ਦੀ ਜਗ੍ਹਾ 20 ਮਹੀਨੇ ਲਈ ਤੁਹਾਨੂੰ ਉਹ ਨਹੀਂ 19 € ਤੇ 90 ਸੈਂਟ ਲੈਣੇ ਆ 20 ਮਹੀਨੇ ਲਈ ਕਹਿੰਦਾ ਮਤਲਬ ਤੁਹਾਡੇ 200 € ਇਦਾਂ ਰਿਕਵਰ ਹੋ ਜਾਣੇ ਉਸ ਤੋਂ ਬਾਅਦ ਜਿਹੜਾ 300 € ਦਾ ਵਾਊਚਰ ਆ ਉਹ ਕਿਸਾ ਨਾਲ ਤੁਸੀਂ ਯੂਜ਼ ਕਰ ਸਕਦੇ ਆ ਤੁਸੀਂ ਯੂਜ਼ ਕਰ ਸਕਦੇ ਆ ਟਿਮ ਦੀ ਦੁਕਾਨ ਤੋਂ ਹੀ ਟੈਬਲੇਟ ਸੈਮਸੰਗ ਵਾਲਿਆਂ ਦੀ ਟੈਬਲੇਟ ਹੈ ਜੀ ਐਸ ਸੇ ਲਾਈਟ ਵਾਈਫਾਈ ਉਹ ਤੁਸੀਂ ਲੈ ਸਕਦੇ ਆ ਜਿਹਦਾ ਰੇਟ 329 ਆ ਸਿਰਫ ਤੁਸੀਂ 29 ਐਰੋਆਂ ਦੇ ਵਿੱਚ ਲੈ ਸਕਦੇ ਆ ਜਾਂ ਫਿਰ ਇੱਕ ਕੰਪਿਊਟਰ ਆਂਦਾ ਜੀ ਟਿਮ ਵਾਲਿਆਂ ਦੀ ਵੈਬਸਾਈਟ ਤੇ ਪੀਸੀ ਔਨ ਦਾ ਆਲੀਵਰ ਪਲੱਸ 15.6 ਇੰਚ ਦਾ ਆਪਣਾ ਲੈਪਟਾਪ ਆ ਜਿਹਨੂੰ ਤੁਸੀਂ ਖਰੀਦ ਸਕਦੇ ਆ ਜਿਹਦੀ ਜਿੱਦਾਂ ਰੇਟ 400 ਯੂਰੋ ਪਰ ਤੁਸੀਂ ਸਿਰਫ 99 ਯੂਰੋ ਦੇ ਵਿੱਚ ਇਹ ਖਰੀਦ ਸਕਦੇ ਹੋ ਇਸੇ ਹਿਸਾਬ ਦੇ ਨਾਲ 300 ਯੂਰੋ ਦਾ ਵੀ ਬੋਨਸ ਤੁਹਾਨੂੰ ਮਿਲ ਜਾਣਾ ਜੀ ਕਹਿਣ ਦਾ ਮਤਲਬ ਜੀ ਤੁਹਾਨੂੰ ਕੋਈ ਸਪੈਟ ਦੀ ਲੋੜ ਨਹੀਂ ਕੋਈ ਆਨਲਾਈਨ ਦੁਮਾਨ ਦਾ ਕਰਨ ਦੀ ਲੋੜ ਨਹੀਂ ਕੋਈ 2021 ਉਹ ਡਿਕਣ ਦੀ ਲੋੜ ਨਹੀਂ ਤੁਸੀਂ 300 ਯੂਰੋ ਜਾਂ 200 ਯੂਰੋ ਇਸੇ ਹਿਸਾਬ ਦੇ ਨਾਲ ਵੀ ਰਿਕਵਰ ਕਰ ਸਕਦੇ ਹੋ ਜੀ ਸਾਡਾ ਕੰਮ ਹੈ ਤੁਹਾਨੂੰ ਦੱਸਣਾ ਹੁਣ ਗੱਲ ਕਰਦੇ ਆ ਜੀ ਆਪਾਂ ਇਟਲੀ ਦੇ ਬ੍ਰਿਜ ਭਰੇ ਹੋਏ 2020 ਦੇ ਵਿੱਚ ਜਿਹੜੇ ਪੇਪਰ ਆਖਰਕਾਰ ਕਦੋਂ ਖੁੱਲਣਗੇ ਸਰਕਾਰਾਂ ਤਕਰੀਬਨ ਕੁਸ਼ਤੂਰੇ ਵਾਲੇ ਹੋ ਗਏ ਜਾਂ ਫਿਰ ਪ੍ਰੇਫੇ ਤੂਰੇ ਵਾਲੇ ਹੋ ਗਏ ਸਾਰੇ ਚੁੱਪ ਨੇ ਕੋਈ ਵੀ ਗੱਲਬਾਤ ਨਹੀਂ ਕਰ ਰਿਆ ਪਰ ਕੁਝ ਖੂਫੀਆ ਜਾਣਕਾਰੀਆਂ ਰੱਖ ਲਈ ਜਾਂ ਕੁਝ ਆਪਣੇ ਵੀਰਾਂ ਦੀ ਹੈਲਪ ਰੱਖ ਲਈ ਜਾਂ ਜਾਂ ਫਿਰ ਕੁਝ ਅਸੀਂ ਰੱਖ ਲਈਏ ਜਿਹੜੇ ਵਕੀਲ ਨੇ ਉਹਨਾਂ ਨੇ ਇੱਕ ਨਵੀਂ ਖੋਜ ਕੱਢੀ ਹੈ ਜੀ ਜੋ ਕਿ ਫਿਲਹਾਲ ਤਾਂ ਸਿਰਫ ਪ੍ਰੇਫੇ ਤੂਰਾ ਜਿਹੜਾ ਮੋਦਨਾ ਉਹਨਾਂ ਨੇ ਹੀ ਇਹ ਕਮਿਊਨੀਕੇਸ਼ਨ ਲਾਈਆ ਪਰ ਇਹ ਲਾਗੂ ਸਾਰਿਆਂ ਦੇ ਉੱਤੇ ਹੀ ਹੁੰਦੀ ਹੈ ਜੀ ਜਿਹੜਾ ਪ੍ਰੋਫੈਸਰ ਤੋਤਾਦੀ ਮੋਦਨਾ ਜੀ ਉਹਨਾਂ ਨੇ ਕਮਿਊਨੀਕੇਸ਼ਨ ਕੀਤੀ ਹੈ ਜੀ ਕਹਿ ਰਹੇ ਨੇ ਕਿ ਫਿਲਹਾਲ ਉਹਨਾਂ ਨੇ 2020 ਦੇ ਵਿੱਚ ਜਿਹੜੇ ਪੇਪਰ ਭਰੇ ਸੀ ਡੋਮੈਸਟਿਕ ਵੀਜ਼ਾ ਵਾਲੇ ਹੋ ਗਏ ਜਾਂ ਫਿਰ ਦੂਸਰੇ ਬੰਦਿਆਂ ਦੇ ਜਿਹੜੇ ਹੋ ਗਏ ਆ ਔਰ ਖੇਤੀਬਾੜੀ ਵਾਲੇ ਹੋ ਗਏ ਜਿਹੜੇ ਵੀ ਹੈ ਉਹ ਕਹਿ ਰਹੇ ਨੇ ਜੀ ਕਿ ਹਜੇ ਫਿਲਹਾਲ ਤਾਂ ਆਪਾਂ ਇਹਨਾਂ ਨੂੰ ਦੇਖਣਾ ਵੀ ਸ਼ੁਰੂ ਨਹੀਂ ਕੀਤਾ ਉਹ ਕਹਿ ਰਹੇ ਨੇ ਜੀ ਘੱਟੋ ਘੱਟ ਜਨਵਰੀ ਜਾਂ ਫਿਰ ਫਰਵਰੀ 2021 ਦੇ ਵਿੱਚ ਅਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕਰਾਂਗੇ ਇਦਾਂ ਮਤਲਬ ਕੀ ਹੈ ਜੀ ਇਹਦਾ ਮਤਲਬ ਇਹ ਹੈ ਜੀ ਜਿਨ੍ਹਾਂ ਵੀ ਬੰਦਿਆਂ ਨੇ ਡੋਮੈਸਟਿਕ ਵੀਜ਼ ਵਾਲੇ ਪੇਪਰ ਭਰਾਏ ਆ ਮੋਦਨਾ ਦੇ ਵਿੱਚ ਜਾਂ ਫਿਰ ਇਟਲੀ ਦੇ ਹੋਰ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਘੱਟ ਤੋਂ ਘੱਟ ਜਨਵਰੀ ਜਾਂ ਫਿਰ ਫਰਵਰੀ ਤੱਕ ਉਡੀਕਣਾ ਪੈ ਸਕਦਾ ਕਿ ਉਹਨਾਂ ਨੂੰ ਅਪੁਆਇੰਟਮੈਂਟ ਦਾ ਲੈਟਰ ਆਵੇ ਜਾਂ ਕਮਿਊਨੀਕੇਸ਼ਨ ਆਵੇ ਪਰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਹਰ ਬੰਦੇ ਨੂੰ ਜਨਵਰੀ ਫਰਵਰੀ ਤੱਕ ਉਡੀਕਣਾ ਪੈਣਾ 100 ਦੇ ਵਿੱਚੋਂ 4-5 ਜਾਂ 10-20 ਬੰਦਿਆਂ ਦਾ ਹੋ ਸਕਦਾ ਪਹਿਲਾਂ ਵੀ ਵਾਰੀ ਆ ਸਾਦੀ ਹੈ ਪਰ ਹੁਣ ਆ ਜੋ ਦੁਬਾਰਾ ਇਮਰਜੈਂਸੀ ਦਾ ਦੌਰ ਚੱਲ ਲਿਆ ਇਸ ਕਰਕੇ ਜਿਹੜਾ ਇਹਨਾਂ ਦਾ ਕੰਮ ਆ ਜਿੱਥੇ ਪਹਿਲਾਂ 20 ਦਾ ਕੰਮ ਕਰਦੇ ਸੀ ਤਾਂ ਹੁਣ ਇਹਨਾਂ ਨੇ ਦਸਾਂ ਦਾ ਕੰਮ ਕਰਨਾ ਹੈ ਜੀ ਇਸ ਕਰਕੇ ਤੁਹਾਨੂੰ ਅਸੀਂ ਇਹ ਵੀ ਸਲਾਹ ਦੇਣੀ ਸੀ ਇਨਫੋਰਮੇਸ਼ਨ ਦੇਣੀ ਸੀ ਕਿਉਂਕਿ ਸਾਨੂੰ ਬਹੁਤ ਕਮੈਂਟ ਆਉਂਦੀ ਹੈ ਤੁਸੀਂ ਆਪਣਾ ਇਮੀਗ੍ਰੇਸ਼ਨ ਉੱਤੇ ਅਪਡੇਟ ਜ਼ਰੂਰ ਦਿਓ ਜੀ ਅਤੇ ਜਿਹੜੇ ਵਕੀਲ ਨੇ ਉਹ ਸਾਰੇ ਇੱਕੋ ਹੀ ਗੱਲਬਾਤ ਕਹਿ ਰਹੇ ਨੇ ਉਹ ਕਹਿ ਰਹੇ ਨੇ ਜੀ ਕਿ ਜਿਨ੍ਹਾਂ ਵੀ ਬੰਦੇ ਨੇ ਡੋਮੈਸਟਿਕ ਬੰਦਿਆਂ ਦੇ ਪੇਪਰ ਭਰੇ ਆ ਉਹਨਾਂ ਦੇ ਜਿਹੜੇ ਕੰਟੈਕਟ ਜੇ ਨਹੀਂ ਕੀਤੇ ਜਿੱਦਾਂ 10 ਤਰੀਕ ਤੱਕ ਕਰਨਾ ਹੀ ਦੱਸ ਸਕਤੋਂ ਅਪਟਰ ਤੱਕ ਤਾਂ ਉਹ ਤੁਸੀਂ ਕਰ ਲਓ ਫਿਰ ਉਸ ਤੋਂ ਬਾਅਦ ਜਿਹੜੀ ਵੀ ਬੋਲੇ ਤੀਨੇ ਤਾਰਨੇ ਜਾਂ ਤਰਸੇ ਤਾਰਨੇ ਜੋ ਵੀ ਟੈਕਸ ਤਾਰਨਾ ਉਹ ਨਹੀਂ ਲੈ ਉਹ ਨਹੀਂ ਲਾਭ ਹੋ ਗਿਆ ਈਮੇਲ ਈਮੇਲ ਹੋ ਗਿਆ ਈਮੇਲ ਹੋ ਗਿਆ ਕੁਝ ਵੀ ਹੋ ਗਿਆ ਸਾਰਾ ਕੁਝ ਤੁਸੀਂ ਤੁਹਾਨੂੰ ਕਰਾਣ ਦੀ ਲੋੜ ਆ ਜੀ ਤੇ ਜੇ ਤੁਸੀਂ ਕਿਸੇ ਕਮਰਚਾਲੀ ਤੋਂ ਜਾਂ ਕਿਸੇ ਵਕੀਲ ਨੂੰ ਜਾਣਦੇ ਹੋ ਤਾਂ ਤੁਸੀਂ ਫਿਰ ਇਹ ਚੀਜ਼ਾਂ ਕਰਵਾ ਸਕਦੇ ਹੋ ਜੀ ਕਹਿਣ ਦਾ ਮਤਲਬ ਕੀ ਹੈ ਜੀ ਸਰਕਾਰ ਇਹ ਕਹਿ ਰਹੀ ਆ ਇਸ ਟਾਈਮ ਕਿ ਜਨਵਰੀ ਫਰਵਰੀ ਤੋਂ ਪਹਿਲਾਂ ਮੋਦਨਾ ਨੇ ਮੋਦਨਾ ਦਾ ਜਿਹੜੇ ਆ ਉਹਨਾਂ ਨੇ ਤਾਂ ਆਪਣਾ ਸਿੱਧਾ ਸ਼ਰਿਆ ਵੀ ਦੱਸਤਾ ਕਿ ਜਨਵਰੀ ਫਰਵਰੀ ਤੋਂ ਪਹਿਲਾਂ ਉਹਨਾਂ ਨੇ ਕਿਸੇ ਵੀ ਬੰਦੇ ਨੂੰ ਹਜੇ ਤੱਕ ਚੈੱਕ ਨਹੀਂ ਕਰਨਾ ਤੇ ਇਹੀ ਤੁਸੀਂ ਗੱਲ ਬਾਕੀ ਸਾਰੇ ਜਿਹੜੇ ਆ ਸਟੇਟਾਂ ਉਹਨਾਂ ਉੱਤੇ ਵੀ ਅਪਲਾਈ ਕਰ ਸਕਦੇ ਆ ਜੀ ਤੇ ਇਹ ਸੀ ਤੁਹਾਨੂੰ ਅਸੀਂ ਦੱਸਣਾ ਸੀ ਕਿਸ ਹਿਸਾਬ ਦੇ ਨਾਲ ਜੇ ਤੱਕ ਤੁਹਾਡੇ ਪੇਪਰ ਨਿਕਲ ਸਾਦੇ ਨੇ ਸਰਕਾਰ ਨੂੰ ਚਾਹੀਦਾ ਟੈਕਸ ਪੈਸੇ ਹਮੇਸ਼ਾ ਹੀ ਸਰਕਾਰ ਨੂੰ ਪਿਆਰੇ ਹੁੰਦੇ ਨੇ ਇਸ ਕਰਕੇ ਜਿਨ੍ਹਾਂ ਨੇ ਡੋਮੈਸਟਿਕ ਵੇਜ ਵਾਲੇ ਪੇਪਰ ਭਰੇ ਹੋਏ ਨੇ ਆਪਣੇ ਟੈਕਸ ਉਹ ਜਿਹੜਾ ਹਰ ਮਹੀਨੇ ਜਾਂ ਜਦੋਂ ਵੀ ਉਹਨਾਂ ਦਾ ਟੈਕਸ ਆਉਂਦਾ ਤਾਰੀ ਜਾਣ ਜੀ ਤੇ ਉਹਨਾਂ ਦੇ ਕੰਮ ਉਹਨਾਂ ਦਾ ਜਿਹੜਾ ਕੰਮ ਉਹ ਹੌਲੀ-ਹੌਲੀ ਹੋ ਜਾਣਾ ਜੀ ਅਗਲੇ ਅਗਲੇ ਸਾਲ ਦੇ ਵਿੱਚ 2021 ਦੇ ਵਿੱਚ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਏਸੀ ਆ ਜੀ ਸਾਡੀਆਂ ਕੁਝ ਖਾਸ ਗੱਲਾਂ ਦੁਪਹਿਰ ਦੀਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਸਾਨੂੰ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਟਿਕਟੌਕ ਦਾ ਸਾਡਾ ਚੈਨਲ ਹੈ ਜੀ ਇਦਾ ਪੰਜਾਬੀ ਉਹਨੂੰ ਵੀ ਫੋਲੋ ਲਾਈਕ ਸਬਸਕ੍ਰਾਈਬ ਜੋ ਵੀ ਹੁੰਦਾ ਹੋ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਜੀ ਨੈਕਸਟ ਅਪਡੇਟ ਦੇ ਵਿੱਚ ਸ਼ਾਮ ਸ਼ਾਮ ਨੂੰ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣਾ ਕੰਮ ਕਰ ਫੜਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ